ਹਾਂਜੀ ਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਨਵੇਂ ਬਲੌਗ ਸਵਾਗਤ ਹੈ ਜੀ। ਆਪਣੇ ਪਿੰਡ ਜੋਧਾ ਨਗਰ ਕੀਰਤਨ ਜੀ, ਅੱਜ ਗੁਰੂ ਗੋਬਿੰਦ ਸਿੰਘ ਜੀ 10ਵੇਂ ਪਾਤਸ਼ਾਹ ਦਾ, ਅਤੇ ਨਗਰ ਕੀਰਤਨ ਚੱਲ ਪਿਆ ਜੀ। ਇੱਥੋਂ ਸੰਗਤਾਂ ਜਾ ਰਹੀਆਂ ਨਾਲ ਸਾਰੀਆਂ, ਤੁਹਾਨੂੰ ਦਰਸ਼ਨ ਕਰਾਉਂਦੇ ਨਾਲ ਦੀ ਨਾਲ ਨਗਰ ਕੀਰਤਨ ਦੇ ਜੀ ਅੱਗੇ। ਮਹਾਰਾਜ ਦੀ ਕਿਰਪਾ ਨਾਲ ਦਿਨ ਆ ਗਿਆ, ਦਿਨ ਵੀ ਨਿਖਰ ਗਿਆ ਵਧੀਆ, ਧੁੱਪ ਲੱਗ ਚੁੱਕੀ ਆ। ਅਤੇ ਬਾਕੀ ਹੁਣ ਪਾਲਕੀ ਸਾਹਿਬ ਜਾ ਰਹੀ ਆ ਪਿੱਛੇ, ਅਤੇ ਤੁਹਾਨੂੰ ਦਰਸ਼ਨ ਮੇਲਾ ਕਰਾਉਂਦੇ ਹਾਂ ਜੀ ਸਾਰਾ। ਗੁਰਦੁਆਰਾ ਸਾਹਿਬ 10ਵੀਂ ਪਾਤਸ਼ਾਹ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ, ਪਿੰਡ ਜੋਧਾਂ। ਅਤੇ ਚਲੋ ਫਿਰ ਆਹੋ, ਤੁਹਾਨੂੰ ਅੱਗੇ ਦਿਖਾਉਂਦੇ ਹਾਂ ਜੀ, ਸਰੂਪਾਂ ਦੇ ਦਰਸ਼ਨ ਕਰਾਉਂਦੇ ਹਾਂ ਅਤੇ ਪਾਲਕੀ ਸਾਹਿਬ ਦੇ ਜੀ। ਓਕੇ ਜੀ। ਪੱਕਾ ਸਾਹਿਬ ਪਹੁੰਚ ਗਿਆ ਨਗਰ ਕੀਰਤਨ ਜੀ, ਪੱਕਾ ਸਾਹਿਬ। ਹਾਂਜੀ, ਪੱਕਾ ਸਾਹਿਬ ਨਗਰ ਕੀਰਤਨ ਪਹੁੰਚ ਚੁੱਕਿਆ ਜੀ। ਲਾਈਵ ਚੱਲਦਾ ਜੀ ਮਾਲਵਾ ਟੀਵੀ 'ਤੇ, ਦਾ ਕਰੋ ਦਰਸ਼ਨ। ਆ ਮਾਲਵਾ ਟੀਵੀ ਵਾਲੇ ਲਾਈਵ ਦਿਖਾ ਰਹੇ ਆ ਪਿੱਛੇ ਪਾਲਕੀ ਸਾਹਿਬ। ਆਏ ਪ੍ਰਸ਼ਾਦ ਵਾਲੀ ਟਰਾਲੀ ਹੈ ਜੀ, ਸੇਵਾਦਾਰ ਜੀ ਸਾਰੇ ਮੂਹਰੇ ਸੇਵਾ ਕਰ ਰਹੇ ਆ ਤੁਹਾਨੂੰ ਜੀ। ਚੜ੍ਹਦੇ ਪਾਸੇ ਪਹੁੰਚ ਚੁੱਕਿਆ ਨਗਰ ਕੀਰਤਨ, ਚੜ੍ਹਦਾ ਪਾਸਾ। ਪੰਜਾਬ ਸਿੰਘ ਜੀ ਨੂੰ ਆਪਣੇ ਸਾਜ ਵੱਲ ਸ਼ੁਰੂ ਕਰਦੇ ਹਾਂ। ਉਸ ਸਿੰਘ ਦਿਨ ਨੂੰ ਬੇਟੀ ਹਰਸ਼ੀ ਕੌਰ, ਜਿਸਨੇ ਆਪਣੇ ਦਿਲ ਦੇ ਬਲ ਬਲੇ ਇਤਿਹਾਸ ਝੰਡੇ ਨੇ ਉਹ ਜਿਹਦਾ ਜੱਗ ਵਿੱਚ ਤੇਜ ਕਰਾਰਾ ਹੋਵੇ, ਉਹਨੂੰ ਚਲਾਣ ਕੇ
ਜਸ ਦੇ ਕਦਮ ਚੁੰਮਦੀ ਜਿਹੜਾ ਹਿੰਮਤੀ ਮਿਹਨਤੀ ਭਲਾ ਹੋਵੇ ਉਹ ਲੋ ਲੈਂਦਾ ਮੁਸ਼ਕਲਾਂ ਨਾਲ ਜਿਹੜਾ ਰੋਸ਼ਨ ਜਾਗੇ ਉਸ ਦਾ ਸਤਾਰਾ ਹੋਵੇ ਉਹ ਉਸ ਦੀ ਹਰ ਮੈਦਾਨ ਵਿੱਚ ਫਤਿਹ ਹੁੰਦੀ ਜਿਹਦੀ ਜਵਾਨ ਤੇ ਫਤਿਹ ਦਾ ਨਾਰਾ ਹੋਵੇ ਆ ਦਸਵੇਂ ਪੱਟ ਜਾ ਉਹਨਾਂ ਦਾ ਬੁਲਾਇਆ ਹੋਇਆ ਨਾਰਾ ਬੁਲੰਦ ਕਰੀਏ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ترجمة
شهر بكير
ਪ੍ਰਿੰਦਵਾ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਜੀ ਸ੍ਰੀ ਨਾਨਕ ਨਾਮ ਸਭੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਪਤੀ ਹੋ ਚੁੱਕੀ ਹੈ 9:30 ਵਜੇ ਸਾਰੇ ਨਗਰ ਕੀਰਤਨ ਦੀ ਸਾਰੀ ਸੰਗਤਾਂ ਚੱਲ ਪਈਆਂ। ਚਲੋ ਅਗਲੀ ਵਾਰ ਅਗਲੇ ਸਾਲ ਤੁਹਾਨੂੰ ਫਿਰ ਸਾਕਰ ਦਾ ਕਰਾਵਾਂਗੇ ਪਾਲਕੀ ਦੇ। ਠੀਕ ਹੈ ਖਾਲਸਾ ਵਾਹਿਗੁਰੂ।